इनोवेटिव लेता गया जिला प्रशासन वालों इस संखेप च है की और किस तरह काम करेगा और की फायदे होंगे? देखो जी इस तरह है कि जिवें कि आपां नूं पता है कि अजकल एनवायरमेंटल जिहड़ी है उन्हूं सेव करना बहुत जरूरी है। देखो आपां इस टाइम असीं गऊशाला खड़े हैं तकरीबन 465 के करीब साडे कोल गऊ तां इत्थे हैगा और 3000 किलो के करीब गोबर इत्थे पैदा हुंदा है जिहड़ा कि कोई प्रोडक्टिव यूज नहीं हुंदा सी। ਇਹ ਤਕਰੀਬਨ ਸਾਡੇ ਕੋਲ ਅਸੀਂ ਜਿਹੜੀ ਮਸ਼ੀਨ ਤੁਸੀਂ ਦੇਖੀ ਅੰਦਰ ਇਹ ਹੈ ਕਾਓਡੰਗ ਲੋਗ ਮੇਕਿੰਗ ਮਸ਼ੀਨ ਜਿਹੜੀ ਕਿ ਆਪਣਾ ਇਹਦੇ ਨਾਲ ਕਾਓਡੰਗ ਵੇਸਟ ਜਾ ਰਿਹਾ ਸੀਗਾ ਤਕਰੀਬਨ 65,000 ਦੀ ਮਸ਼ੀਨ ਹੈ ਔਰ ਸਪੈਸ਼ਲ ਅਸੀਂ ਮੰਗਵਾਈ ਹੈ ਔਰ ਪੰਜਾਬ 'ਚ ਆਲਮੋਸਟ ਦੱਸਿਆ ਗਿਆ ਕਿ ਪਹਿਲੀ ਮਸ਼ੀਨ ਜਿਹੜੀ ਲਗਾਤੀ ਅਸੀਂ ਇੰਸਟਾਲ ਹੋ ਗਈ ਹੈ। ਇਹਦੇ ਵਿੱਚ ਤਿੰਨ ਫਾਇਦੇ ਨੇ, ਇੱਕ ਤਾਂ ਆਪਣੇ ਇਹਦੇ 'ਚੋਂ 3000 ਜੇ ਕਿਲੋ ਗੋਬਰ ਜੇ ਪੈਦਾ ਹੁੰਦਾ ਤੇ 2500 ਕਿਲੋ ਇਹਦੇ 'ਚੋਂ ਸਾਡੀ ਕਾਓਡੰਗ ਲੋਗ ਕਹਿੰਦੇ ਲੱਕੜ ਹੋਏਗੀ, 2 ਦਿਨ ਪੁਰਾਣਾ ਗੋਆ ਇਹਦੇ ਵਿੱਚ ਅਸੀਂ ਜੇ ਉਹ ਪਾਉਂਦੇ ਹਾਂ ਉਸ ਤੋਂ ਬਾਅਦ ਅਸੀਂ ਇਹਨੂੰ 5 ਦਿਨ ਸੁਕਾਉਣਾ, ਸੁਕਾਉਣ ਤੋਂ ਬਾਅਦ ਇਹਨੇ ਲੱਕੜ ਬਣ ਜਾਣਾ ਔਰ ਲੱਕੜ ਬਣਨ ਤੋਂ ਬਾਅਦ ਪੱਠੇ 'ਚ ਯੂਜ਼ ਹੋ ਸਕਦੀ ਹੈ। ਅਸੀਂ ਸਾਡੇ ਕੋਲ ਪ੍ਰਧਾਨ ਜੀ ਖੜ੍ਹੇ ਨੇ ਸੁਲਤਾਨਪੁਰ ਦੀ ਮਿਊਨਸਪਲ ਕਮੇਟੀ ਦੇ, ਇਹ ਸ਼ਮਸ਼ਾਨ ਘਾਟ ਦੇ ਵੀ ਪ੍ਰਧਾਨ ਨੇ ਸੁਸਾਇਟੀ ਦੇ ਤੇ ਅੱਜ ਅਸੀਂ ਐਗਰੀਮੈਂਟ ਵੀ ਇਹਨਾਂ ਨਾਲ ਕਰਾਤਾ ਸਰਕਾਰ ਦਾ ਕਿਉਂਕਿ ਇਹ ਗਊਸ਼ਾਲਾ ਸਰਕਾਰੀ ਹੈ, ਐਗਰੀਮੈਂਟ ਵੀ ਕਰਾਇਆ। ਐਗਰੀਮੈਂਟ ਵਿੱਚ ਅਸੀਂ ਵੇਸਟ ਸੀਗਾ 3 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਲੱਕੜ ਸ਼ਮਸ਼ਾਨ ਘਾਟ ਖਰੀਦੇਗੀ, ਉਹਨਾਂ ਦੇ ਉੱਥੇ ਡਿਲੀਵਰੀ ਕਰਾਂਗੇ ਔਰ ਉਸ ਤੋਂ ਬਾਅਦ ਆਪਣਾ ਕਿਉਂਕਿ ਇਹਦੇ 'ਚ ਹਿੰਦੂ ਮਤ ਵਿੱਚ ਗਊ ਤੋਂ ਉੱਪਰ ਕੋਈ ਚੀਜ਼ ਨਹੀਂ ਹੈ, ਗਊ ਨੂੰ ਆਪਾਂ ਪੂਜਦੇ ਹਾਂ, ਗਊ ਮਾਤਾ ਕਹਿੰਦੇ ਹਾਂ ਆਪਾਂ, ਉਹਦੇ 'ਚ ਲੱਕੜ 50% ਘਟਾਉਣਗੇ ਆਪਾਂ ਇਹ ਵਰਤਾਂਗੇ, ਇੱਕ ਇਨਵਾਇਰਮੈਂਟਲ ਫਰੈਂਡਲੀ ਹੈ, ਕਾਰਬਨ ਡਾਈਆਕਸਾਈਡ ਨਹੀਂ ਹੋਏਗੀ, ਇੱਕ ਆਪਾਂ ਲੱਕੜ ਦਾ ਬਚਾਅ ਕਰਾਂਗੇ ਜੋ ਕਿ NGTs ਸਾਰੀਆਂ ਅਦਾਲਤਾਂ ਵੀ ਕਹਿੰਦੀਆਂ ਕਿ ਲੱਕੜ ਨਹੀਂ ਕੱਟਣੀ ਆਪਾਂ, ਦਰਖਤ ਨਹੀਂ ਕੱਟਣੇ, ਤਾਂ ਜਿਹੜਾ ਉੱਥੇ ਲੱਕੜ ਸਾਡੀ ਬਚ ਸਕਦੀ ਹੈ। ਬਾਕੀ ਜੇ ਕਿਸੇ ਦਾ ਕੋਈ ਹੋਰ ਸੁਝਾਅ ਆਏਗਾ ਅਸੀਂ ਉਹਨੂੰ ਕੰਮ ਕਰਾਵਾਂਗੇ, ਕੰਮ ਸਾਰਾ ਅਸੀਂ ਲੀਗਲ ਤਰੀਕੇ ਨਾਲ ਕਰਾਂਗੇ। ਸੋ ਇਹ ਹੈ ਕਿ ਪੁੰਨ ਵਾਲੇ ਫਲੀਆਂ ਗਊਸ਼ਾਲਾ ਨੂੰ ਇਹਦੀ ਇਨਕਮ ਹੋ ਜਾਏਗੀ ਇਹਦੇ ਨਾਲ, ਦੂਸਰਾ ਹੈ ਕਿ ਇਨਵਾਇਰਮੈਂਟਲ ਫਰੈਂਡਲੀ ਹੈ, ਤੀਸਰਾ ਜੋ ਦੱਸਿਆ ਗਿਆ ਕਿ ਸਾਇੰਟੀਫਿਕ ਤਰੀਕੇ ਨਾਲ ਕਿ ਜਦੋਂ ਅਸੀਂ ਗੋਬਰ ਨੂੰ ਜਲਾਉਂਦੇ ਹਾਂ ਅਤੇ ਉਹਦੇ 'ਚ ਆਕਸੀਜਨ ਜਿਹੜੀ ਹੈਗੀ ਹੈ ਉਹਦੀ ਇੱਕ ਐਮੀਨੇਟ ਕਰਦਾ, ਡਿਸੀਪੇਟ ਕਰਦਾ, ਉਹ ਇੱਕ ਸਾਇੰਟੀਫਿਕ ਪਾਰਟ ਹੈ, ਉਹ ਅਲੱਗ ਚੀਜ਼ ਹੈਗੀ ਹੈ। ਬਟ ਇਹ ਹੈ ਕਿ ਇੱਕ ਅਸੀਂ ਇੱਕ ਦਰਖਤਾਂ ਦੀ ਜਿਹੜੀ ਫੈਲਿੰਗ ਹੈ ਉਹ ਬਚਾ ਸਕਦੇ ਹਾਂ, ਇੱਕ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ। ਸੋ ਪੁੰਨ ਵਾਲੇ ਫਲੀਆਂ ਆਓ, ਮੈਂ ਤਾਂ ਕਹੂੰਗਾ ਕਿ ਆਪਣਾ ਜਿਹੜੇ ਕਿ ਰੂਟੀਨ ਟ੍ਰੈਡੀਸ਼ਨਲ ਤਰੀਕੇ ਨਾਲ ਈਵਨ ਪਿੰਡਾਂ 'ਚ ਮੈਂ ਅਸੀਂ ਗੱਲ ਕਰਾਂਗੇ ਜਿਹੜੇ ਕੋਈ ਬੇਰੁਜ਼ਗਾਰ ਲੜਕੇ ਨੇ, ਇਹ ਤਕਰੀਬਨ 65,000 ਦੀ ਮਸ਼ੀਨ GST ਪਾ ਕੇ ਪਈ ਹੈ, ਅਸੀਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਇੰਪਲੋਇਮੈਂਟ ਗਰੰਟੀ ਪ੍ਰੋਗਰਾਮ ਵਿੱਚ ਵੀ ਲੋਨ ਦੇ ਸਕਦੇ ਹਾਂ, ਉਹ ਆਪਣਾ ਇੱਕ ਰੁਜ਼ਗਾਰ ਵੀ ਚਲਾ ਸਕਦੇ ਨੇ ਕਿ ਪਿੰਡ ਦਾ ਜਿਹੜਾ ਗੋਬਰ ਹੈ ਉਹ ਇਕੱਠਾ ਕੀਤਾ ਅਤੇ ਪੱਠਿਆਂ ਵਿੱਚ, ਇੱਟਾਂ ਦੇ ਪੱਠਿਆਂ 'ਚ, ਕੋਈ ਇੰਡਸਟਰੀ 'ਚ ਜਿੱਥੇ ਫਰਨੈਸ ਹੈ ਉੱਥੇ, ਇਹ ਫਰਨੈਸ ਫਿਊਲ ਹੈ, ਦਿਸ ਇਜ਼ ਫਿਊਲ, ਅੱਗੇ ਕਾਓਡੰਗ ਫਿਊਲ ਹੁੰਦਾ ਸੀ, ਇਹ ਹੁਣ ਕਾਓਡੰਗ ਲੋਗ ਫਿਊਲ ਹੈ, ਇਹ ਲੱਕੜ ਬਣ ਗਈ ਹੈ। ਇਹ ਅੱਜ ਕੱਲ੍ਹ ਹੈ ਕਿ ਦਿਮਾਗ ਨਾਲ ਚੀਜ਼ ਵਰਤੋਂ 'ਚ ਹੋਈ ਹੈ ਔਰ ਆਪਣਾ ਦੇਖੋ ਕਿ ਇਨਸਾਨ ਦਾ ਨਾ ਸੀ ਕਾਓਡੰਗ, ਇੱਕ ਜਿਹੜਾ ਗਊ ਧਨ ਹੈ ਉਹਦਾ ਵੀ ਜਿਹੜਾ ਗੋਬਰ ਹੈ ਉਹ ਕਿਸ ਤਰ੍ਹਾਂ ਫਾਇਦਾ ਦੇ ਸਕਦਾ ਹੈ। ਸੋ ਇਹ ਤਾਂ ਸਿੱਖਣ ਵਾਲੀ ਗੱਲ ਹੈ, ਇੱਕ ਸਾਇੰਟੀਫਿਕ ਤਰੀਕਾ ਜਿਹਦੇ 'ਚ ਜਿੱਦਾਂ ਤੁਸੀਂ ਕਹਿ ਗਏ ਪੰਜਾਬ 'ਚ ਔਰ ਸਾਨੂੰ 1,000 ਕਿਲੋ ਦੀ ਬੁਕਿੰਗ ਵੀ ਅੱਜ ਆ ਗਈ ਹੈ ਔਰ ਅੱਜ ਪ੍ਰਧਾਨ ਜੀ ਅੱਜ ਪਹਿਲੇ ਪ੍ਰਧਾਨ ਬਣੇ ਨੇ ਜਿਹਨਾਂ ਨੇ ਆਪਣੇ ਐਗਰੀਮੈਂਟ ਵੀ ਅੱਜ ਅਸੀਂ ਸਾਈਨ ਕਰਤਾ। ਪੰਜਾਬ 'ਚ ਪਾਇਲਟ ਪ੍ਰੋਜੈਕਟ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਜ਼ਿਲ੍ਹੇ 'ਚ ਅੱਗੇ ਸਬ ਡਿਵੀਜ਼ਨਾਂ 'ਚ ਵੀ ਤੁਸੀਂ ਲੈ ਕੇ ਜਾਓਗੇ ਜਾਂ ਫਿਰ ਬਲਾਕਾਂ 'ਚ ਵੀ ਇਹਨੂੰ ਇੰਸਟਾਲ ਕਰਾਓਗੇ? ਇਹਦੀ ਇੱਕ ਨਾ ਇੱਦਾਂ ਹੈਗਾ ਕਿ ਇੱਕ ਪ੍ਰੱਪੇ ਤੌਰ 'ਤੇ ਹੁਣ MLA ਸਾਹਿਬ ਸਾਡੇ ਨਾਲ ਖੜ੍ਹੇ ਨੇ, ਬੜੇ ਯੰਗ ਐਨਰਜੈਟਿਕ MLA, ਮਤਲਬ ਹੈ ਕਿ ਅੱਜ ਸਾਰੀਆਂ ਪੰਚਾਇਤਾਂ ਖੜੀਆਂ ਨਾਲ, ਅਸੀਂ ਪੰਚਾਇਤਾਂ ਨਾਲ ਲੈ ਕੇ ਆਏ ਹਾਂ ਤਾਂ ਜੋ ਲੋਕਾਂ 'ਚ ਕੋਈ ਇਹ ਨਾ ਹੋਵੇ ਕੋਈ ਭਾਵਨਾ ਨੂੰ ਠੇਸ ਵਾਲਾ ਕੰਮ ਨਹੀਂ ਹੈ, ਤਾਂ ਸਤਿਕਾਰ ਕਰ ਰਹੇ ਹਾਂ। ਹਾਂਜੀ, ਆਪਣਾ ਹਿੰਦੂ ਮੈਥੋਲੋਜੀ 'ਚ ਗਊ ਧਨ ਅਸੀਂ ਕਹਿੰਦੇ ਹਾਂ, ਅਤੇ ਗਊ ਧਨ ਦਾ ਗੋਬਰ ਵੀ ਕੰਮ ਆ ਰਿਹਾ, ਉਹ ਵੀ ਕੰਮ ਆ ਰਿਹਾ ਔਰ ਅਸੀਂ ਇਹਦੇ ਨਾਲ ਫਾਇਦਾ ਕੀ ਹੈ ਕਿ ਅਸੀਂ ਹੁਣ ਇਹਦੇ 'ਚ ਜਿਵੇਂ ਕਮੇਟੀਆਂ 'ਚ ਸਟਰੇ ਕੈਟਲ ਲੋਕ ਛੱਡ ਦਿੰਦੇ ਨੇ ਉਹ ਵੀ ਅਸੀਂ ਹੁਣ ਲੈ ਕੇ ਆਵਾਂਗੇ, ਤਕਰੀਬਨ ਅਸੀਂ ਕਪੂਰਥਲਾ ਤੋਂ ਲੈ ਕੇ ਆਏ ਹਾਂ ਅੱਜ 4.5 ਲੱਖ ਦਾ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਕਾਓਸੈਸ ਵੀ ਇੱਥੇ ਗਊਸ਼ਾਲਾ ਜਮ੍ਹਾਂ ਹੋ ਗਿਆ। ਅਸੀਂ ਹੁਣ ਜਿਹੜੇ ਸਟਰੇ ਕੈਟਲ ਰਸਤੇ ਦਿਖਦੇ ਨੇ ਉਹ ਵੀ ਅਸੀਂ ਪਲੈਨ ਬਣਾ ਰਹੇ ਹਾਂ, ਸੁਲਤਾਨਪੁਰ ਲੋਧੀ ਤੋਂ, ਕਪੂਰਥਲਾ ਤੋਂ, ਫਿਰ ਫਗਵਾੜਾ ਤੋਂ ਅਸੀਂ ਲੈ ਕੇ ਇੱਥੇ ਆਵਾਂਗੇ। MLA ਸਾਹਿਬ, ਸੁਲਤਾਨਪੁਰ ਲੋਧੀ ਤੋਂ ਜਿੱਦਾਂ ਕਿ ਦੱਸਿਆ ਗਿਆ ਹੈ ਕਿ ਇੱਕ ਨਵੀਂ ਸ਼ੁਰੂਆਤ ਪੂਰੇ ਪੰਜਾਬ 'ਚ ਹੋਣ ਜਾ ਰਹੀ ਹੈ, ਤਾਂ ਇਹ ਸਭ ਤੋਂ ਪਹਿਲਾਂ ਸ਼ੁਰੂਆਤ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਬਹੁਤ ਵਧੀਆ ਸ਼ੁਰੂਆਤ ਹੋਈ ਆ। ਇਹ ਪੁਰਾਣਾ ਸਮਾਂ ਜਿਹੜਾ ਹੁੰਦਾ ਸੀ, ਜਿਹੜੇ ਚੁੱਲ੍ਹੇ ਚੱਲਦੇ ਹੁੰਦੇ ਸੀ ਆਪਣੇ, ਇਹ ਮੈਂ ਕਹਿੰਦਾ ਵੀ ਇਹ ਨਵੇਂ ਸਮੇਂ ਦੇ ਵਿੱਚ ਹੁਣ ਚੁੱਲ੍ਹੇ ਚੱਲਣ ਵਾਲੀ ਗੱਲ ਹੋਣੀ ਆ। ਲੋਕ ਪਾਥੀਆਂ ਬਾਲਦੇ ਸੀ, ਇਹ ਇੱਕ ਸਹੀ ਤਰੀਕੇ ਨਾਲ ਜਿਹੜਾ 2.5 ਫੁੱਟ ਦਾ ਲੰਬਾ ਗੋਲ ਵੀ ਅਤੇ ਚੌਰਸ ਵੀ ਜਿਹੜੀ ਬਣ ਜੂਗੀ ਔਰ ਚੁੱਲ੍ਹਿਆਂ ਦੇ ਵਿੱਚ ਵੀ ਔਰ ਸੰਸਕਾਰ ਲਈ ਵੀ ਬਹੁਤ ਕੰਮ ਆ ਸਕਦੀ ਹੈ। ਜਿਹੜੀ ਲੱਕੜ ਆਪਣਾ ਵੇਸਟ ਹੀ ਸਾਰਾ ਕੁਝ ਜਾਂਦਾ ਸੀ ਔਰ ਪਲੱਸ ਇਹ ਚੀਜ਼ਾਂ ਸ਼ੁੱਧ ਮੰਨੀਆਂ ਗਈਆਂ, ਜਿਹੜਾ ਗੋਬਰ ਗਊ ਦਾ
ਉਰੇ ਸਾਰਾ ਜਿਹੜਾ ਵਾਤਾਵਰਨ ਆਪਣਾ ਉਹ ਬਹੁਤ ਵਧੀਆ ਤਰੀਕੇ ਨਾਲ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ। ਇਹੋ ਜਿਹੇ ਅੱਜ ਇਹ ਜਿਹੜਾ ਡੀ ਸਾਹਿਬ ਨੇ ਕੀਤਾ ਪਹਿਲਕਦਮੀ, ਇਹ ਮੈਂ ਚਾਹੂੰਗਾ ਵੀ ਪਿੰਡਾਂ ਦੇ ਵਿੱਚ ਆਮ ਵੀ ਇਹ ਵੱਡੇ ਪਿੰਡਾਂ 'ਚ ਕਰਕੇ ਅਤੇ ਉੱਥੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਵੀ ਮਿਲਣਗੇ। ਡੀ ਸਾਹਿਬ ਨੇ ਪਹਿਲਕਦਮੀ ਕੀਤੀ, ਤੁਸੀਂ ਕਿਹਾ ਕਿ ਤੁਸੀਂ ਪੰਜਾਬ ਸਰਕਾਰ 'ਚੋਂ ਸਰਕਾਰ ਦੇ ਸੰਬੰਧਿਤ ਵਿਭਾਗ ਨੂੰ, ਮੰਤਰੀ ਨੂੰ ਜਾਂ ਮੌਕਾ ਮਿਲੇ ਤਾਂ ਮੰਤਰੀ ਮੰਡਲ ਨੂੰ ਤਜਵੀਜ਼ ਦਿਓਗੇ ਕਿ ਇਹਨੂੰ ਪੂਰੇ ਪੰਜਾਬ 'ਚ ਇੰਸਟਾਲ ਕੀਤਾ ਜਾਵੇ, ਰੁਜ਼ਗਾਰ ਹੈ, ਇਨਵਾਇਰਮੈਂਟ ਬਚ ਰਿਹਾ, ਕਿ ਇਹੋ ਜਿਹੀ ਤਜਵੀਜ਼ ਦਿਓਗੇ ਕਿ ਇਹਨੂੰ ਅੱਗੇ ਇੰਸਟਾਲ ਕੀਤਾ ਜਾਵੇ? ਬਿਲਕੁਲ ਬਿਲਕੁਲ, ਅੱਜ ਸੀਐਮ ਸਾਹਿਬ ਨੂੰ ਦਿਖਾਵਾਂਗੇ ਸਾਰੇ ਵੀਡੀਓ ਵੀ ਜੋ ਕੀਤਾ ਉਹ ਸਾਰੇ ਇਹ ਲਾਗੂ ਸਾਰੇ ਪੰਜਾਬ ਦੇ ਵਿੱਚ ਮੈਂ ਸਮਝਦਾ ਵੀ ਹੋਣਾ ਚਾਹੀਦਾ ਔਰ ਇਹ ਲਾਗੂ ਹੋਊਗਾ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਇਹੋ ਜਿਹੇ ਉਲੇਖ ਹੋਣਗੇ ਤੁਹਾਡੇ ਵੱਲੋਂ? ਬਿਲਕੁਲ ਜੀ, ਅੱਗੇ ਹਮੇਸ਼ਾ ਇਹ ਵਾਤਾਵਰਨ 'ਤੇ ਔਰ ਪਲਾਂਟੇਸ਼ਨ 'ਤੇ ਕਿੰਨਾ ਜ਼ੋਰ ਲਾਇਆ ਸਾਰੇ ਪ੍ਰਸ਼ਾਸਨ ਜ਼ਿਲ੍ਹੇ ਨੇ ਇਸ ਪੂਰੇ 2 ਸਾਲ ਦੇ ਵਿੱਚ, ਜਿੰਨੀ ਪਲਾਂਟੇਸ਼ਨ ਸੁਲਤਾਨਪੁਰ ਤੋਂ ਹੀ ਸ਼ੁਰੂਆਤ ਹੋਈ ਸੀ ਔਰ ਅੱਜ ਦੇਖੋ ਤੁਸੀਂ ਜਾ ਕੇ ਆਸ ਪਾਸ ਸਾਰੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਵਧੀਆ ਇੱਕ ਜਿਹੜਾ ਆਪਾਂ ਦੇਖੋ ਜੇ ਆਪਾਂ ਆਪਣੀ ਲੰਬੀ ਲਾਈਫ ਲਈ ਆਪਾਂ ਚਾਹੁੰਦਾ ਹਰ ਬੰਦਾ ਚਾਹੁੰਦਾ ਵੀ ਮੇਰੀ ਸਹੀ ਜ਼ਿੰਦਗੀ ਹੋਵੇ, ਬਿਮਾਰੀ ਰਹਿਤ ਹੋਵੇ, ਅਤੇ ਆਪਾਂ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਪੈਣਾ ਆਪਾਂ ਨੂੰ ਦੁਬਾਰਾ ਫਿਰ ਸਿਸਟਮ ਜਿਹੜਾ ਪੁਰਾਣਾ ਉਹ ਲਾਗੂ ਕਰਕੇ ਔਰ ਇਹ ਜਿਹੜੇ ਆਪਾਂ ਬਾਹਲੀ ਤਰੱਕੀ ਕਰਨ ਦੀ ਗੱਲ ਲਈ ਬਾਹਲੀ ਛੇਤੀ ਕਰਦੇ ਹਾਂ ਨਾ ਹਰ ਕੰਮ ਲਈ ਔਰ ਇਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਲੋਪ ਹੋ ਗਈਆਂ ਸੀ ਫਿਰ ਦੁਬਾਰਾ ਉਹ ਆ ਰਹੀਆਂ ਔਰ ਇਹ ਵਿਧਾਨ ਸਭਾ ਦੇ ਸੈਸ਼ਨ 'ਚ ਔਰ ਹਰ ਥਾਂ ਜਿਹੜੀ ਗੱਲ ਚੱਕੀ ਜਾਊ। ਤੁਹਾਨੂੰ ਉਮੀਦ ਹੈ ਕਿ ਸਕਸੈਸਫੁਲ ਹੋਏਗਾ, ਪੂਰੇ ਪੰਜਾਬ 'ਚ ਲਾਗੂ ਕਰਵਾ ਸਕੋਗੇ, ਆਵਾਜ਼ ਉਠਾਓਗੇ? ਬਿਲਕੁਲ ਜੀ, ਅੱਗੇ ਵੀ ਦੇਖੋ ਕਈ ਚੀਜ਼ਾਂ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਇੱਥੋਂ ਹੀ ਲਾਗੂ ਹੋਈਆਂ, ਇਹ ਵੀ ਇੱਥੋਂ ਹੀ ਜਿਹੜਾ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਇਹ ਲਾਗੂ ਹੋਣਾ ਚਾਹੀਦਾ।